ਬਟਾਲਾ ਵਿਖੇ ਚੰਡੀਗੜ੍ਹ ਤੋਂ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਇਆ ਇੱਕ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਸਿਵਲ ਹਸਪਤਾਲ ਬਟਾਲਾ 'ਚ ਇਲਾਜ ਅਧੀਨ ਜ਼ਖਮੀ ਨੌਜਵਾਨ ਜੀਪਤੇ ਸਿੰਘ ਕਾਲੋ ਮੁਤਾਬਕ ਉਹ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਆਪਣੇ ਰਿਸ਼ਤੇਦਾਰ ਦੇ ਸ਼ਾਦੀ ਸਮਾਗਮ 'ਚ ਸ਼ਾਮਲ ਹੋਣ ਲਈ ਲਾਇਲਪੁਰ ਪੈਲਸ ਬਟਾਲਾ ਵਿਖੇ ਆਇਆ ਸੀ, ਪਰ ਉਹ ਕਿਸੇ ਕੰਮ ਲਈ ਮੈਰਿਜ ਪੈਲਸ ਦੇ ਬਾਹਰ ਆਇਆ ਤਾਂ ਅਚਾਨਕ ਉਸ 'ਤੇ ਹਮਲਾ ਹੋ ਗਿਆ ਅਤੇ ਉਸਨੂੰ ਗੋਲੀ ਮਾਰੀ ਗਈ। ਉਸਨੇ ਦੱਸਿਆ ਕਿ ਗੋਲੀ ਉਸਦੀ ਲੱਤ 'ਚ ਲੱਗੀ ਹੈ। ਉੱਥੇ ਨੌਜਵਾਨ ਦਾ ਕਹਿਣਾ ਹੈ ਕਿ ਉਸਨੂੰ ਨਹੀਂ ਪਤਾ ਕਿ ਫਾਇਰ ਕਿਸਨੇ ਕਿਉਂ ਕੀਤਾ ਹੈ। ਮਹਿਜ ਉਸਨੇ ਇੱਕ ਸ਼ਿਫਟ ਗੱਡੀ ਸੜਕ 'ਤੇ ਉਸ ਪਾਰ ਖੜ੍ਹੀ ਜ਼ਰੂਰ ਦੇਖੀ ਸੀ। ਸ਼ੱਕ ਹੈ ਕਿ ਉਸ ਗੱਡੀ ਵਿੱਚੋਂ ਕਿਸੇ ਨੇ ਉਸ ਉੱਪਰ ਫਾਇਰ ਕੀਤਾ ਹੈ। ਵਿਖਾਉਂਦੇ ਹਾਂ ਤੁਹਾਨੂੰ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਜਗਤੇਸ਼ ਹੈ, ਜਗਤੇਜ ਸਿੰਘ ਕਾਲੋਂ। ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਜੀ। ਐਕਚੁਲੀ ਅਸੀਂ ਮੈਰਿਜ 'ਤੇ, ਮੇਰੀ ਸਿਸਟਰ ਦੀ ਮੈਰਿਜ ਸੀ, ਆਪਾਂ ਉੱਥੇ ਆਏ ਸੀ ਅਤੇ ਮੈਂ ਅਤੇ ਮੇਰੇ ਦੋ ਭਰਾ ਆਪਾਂ ਬਾਹਰ ਗਏ ਸੀ ਕਿਸੇ ਕੰਮ ਤੋਂ, ਅਤੇ ਜਸਟ ਵਾਪਸ ਆਉਂਦੇ ਹੋਏ ਆਪਾਂ ਪੈਲਸ ਦੇ ਬਾਹਰ ਗੱਡੀ ਖੜ੍ਹੀ ਕੀਤੀ ਸੀ ਅਤੇ ਸਡਨਲੀ ਮੈਨੂੰ ਮਤਲਬ ਕਿਸੇ ਲਾਈਕ ਸ਼ੋਟ ਦੀ ਆਵਾਜ਼ ਆਈ। ਮੈਨੂੰ ਐਂ ਲੱਗਿਆ ਕਿ ਕੋਈ ਪਟਾਕਾ ਜਾਂ ਕੁਛ ਹੈ, ਅਤੇ ਜਦੋਂ ਮੈਂ ਨਿਕਲ ਰਿਹਾ ਸੀਗਾ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਗਨ ਸ਼ੋਟ ਵੱਜਿਆ, ਅਤੇ ਲਾਈਕ ਜਦੋਂ ਮੈਂ ਨਿਕਲ ਰਿਹਾ ਸੀ ਉੱਥੋਂ ਕਿ ਆਈ ਥੋਟ ਦੈਟ ਆਈ ਲਾਈਕ ਵੈਂਟ ਓਵਰ ਫਰੋਮ ਸਮ ਬੰਬ ਔਰ ਸਮਥਿੰਗ, ਕਿ ਜਿਹੜਾ ਵਿਆਹ 'ਚ ਯੂਜ਼ ਹੁੰਦਾ। ਪਰ ਉਸ ਤੋਂ ਬਾਅਦ ਲਾਈਕ ਮਾਈ ਕਜ਼ਨ ਨੋਟਿਸ ਕਿ ਮੇਰੀ ਬਲੀਡਿੰਗ ਹੋ ਰਹੀ ਹੈ ਐਂਡ ਦੈਨ ਵੀ ਕੇਮ ਹੇਅਰ ਡਾਇਰੈਕਟਲੀ। ਹਾਂਜੀ, ਉਹ ਇਨਵੈਸਟੀਗੇਸ਼ਨ ਸਾਰੇ ਹੋਸਪਿਟਲ ਵਾਲਿਆਂ ਨੇ ਕਰਾ ਲਈ ਹੈ ਅਤੇ ਰਿਪੋਰਟ ਵਗੈਰਾ ਸਭ ਕੁਛ ਲਿਖਤੀ ਹੈ ਉਹਨਾਂ ਨੇ, ਅਤੇ ਬਾਕੀ ਹੁਣ ਜਿਵੇਂ ਪੁਲਿਸ ਦਾ ਹੋਊਗਾ ਆਪਣੀ ਇਨਵੈਸਟੀਗੇਸ਼ਨ ਕਰਨਗੇ। ਨਹੀਂ, ਵਿਆਹ ਸ਼ਾਦੀਆਂ ਮੈਂ ਕਿਸੇ ਕੋਲ ਲਾਈਕ ਚਲਾਉਂਦੇ ਨਹੀਂ ਵੇਖਿਆ ਕਿਸੇ ਨੂੰ, ਮੈਨੂੰ ਕੋਈ ਆਈਡੀਆ ਨਹੀਂ ਹੈ ਭਾਈ। ਲਾਈਕ ਇੱਕ ਉੱਥੇ ਰੋਂਗ ਸਾਈਡ 'ਤੇ ਇੱਕ ਸਵਿਫਟ ਗੱਡੀ ਖੜੀ ਸੀ ਵਾਈਟ ਕਲਰ ਦੀ, ਅਤੇ ਉਹ ਰੋਂਗ ਸਾਈਡ 'ਤੇ ਖੜੀ ਸੀ ਤਾਂ ਮੇਰੇ ਉਸ 'ਤੇ ਨਿਗਾਹ ਗਈ। ਵੈਸੇ ਮੈਨੂੰ ਪਤਾ ਨਹੀਂ ਉੱਥੋਂ ਆਈ ਹੈ ਨਹੀਂ ਆਈ, ਬਟ ਮਾਈਟ ਬੀ ਸਸਪੈਕਟ ਹੋ ਸਕਦੇ। ਜੀ, ਜਗਤੇਜ ਸਿੰਘ ਨਾਮ ਦਾ ਪੇਸ਼ੈਂਟ ਆਇਆ ਸੀਗਾ, 29 ਈਅਰਸ ਓਲਡ ਏਜ ਹੈ ਜੀ ਲੜਕੇ ਦੀ, ਸਨ ਆਫ ਚਰਨਜੀਤ ਸਿੰਘ ਅਤੇ ਰੈਜੀਡੈਂਟ ਚੰਡੀਗੜ੍ਹ ਦਾ ਹੈਗਾ। ਇਹ ਫੋਰ ਲਿਆਲਪੁਰ ਪੈਲਸ 'ਚ ਵਿਜ਼ਿਟ ਕਰ ਰਹੇ ਕੀਤਾ ਇਹਨਾਂ ਨੇ ਫੋਰ ਮੈਰਿਜ ਪਾਰਟੀ ਸਮ ਇੱਦਾਂ, ਅਤੇ ਸਾਡੇ ਕੋਲ ਵਿਦ ਅਲੈਜ ਹਿਸਟਰੀ ਆਫ ਆਇਆ ਸੀਗਾ ਵੀ ਸਾਨੂੰ ਗੋਲੀ ਲੱਗ ਗਈ ਹੈ ਐਕਸੀਡੈਂਟਲੀ। ਹਾਂਜੀ, ਫਸਟ ਏਡ ਮਿਲ ਗਈ ਹੈ ਅਤੇ ਪ੍ਰੋਪਰ ਜਿਹੜਾ ਪੇਸ਼ੈਂਟ ਹੈ ਸਟੇਬਲ ਆ, ਅਤੇ ਬਾਕੀ ਸਾਡੇ ਸਪੈਸ਼ਲਿਸਟ ਨਾਲ ਗੱਲ ਹੋ ਗਈ ਹੈ ਡਾਕਟਰ ਹਰਪ੍ਰੀਤ ਸਿੰਘ, ਅਤੇ ਉਹਨਾਂ ਨਾਲ ਅੱਗੇ ਗੱਲ ਹੋ ਗਈ, ਉਹਨਾਂ ਨੇ ਅਪਡੇਟ ਕਰ ਲਿਆ ਪੇਸ਼ੈਂਟ। ਠੀਕ, ਪੇਸ਼ੈਂਟ ਦੀ ਕੰਡੀਸ਼ਨ ਸਟੇਬਲ ਆ, ਅੱਗੇ ਫਰਦਰ ਉਹ ਦੇਖਣਗੇ। ਲਾਇਲਪੁਰ ਮੈਰਿਜ ਪੈਲਸ ਹੈ ਮਹਿਤਾ ਰੋਡ ਬਟਾਲਾ 'ਤੇ, ਅਤੇ ਇੱਕ ਜਗਤੇਸ਼ ਨਾਂ ਦੇ ਲੜਕੇ 'ਤੇ ਗੋਲੀ ਵੱਜੀ ਆ, ਉਹਦੇ ਪੱਟ ਦੇ ਵਿੱਚ ਗੋਲੀ ਵੱਜੀ ਆ। ਜੋ ਜਗਤੇਸ਼ ਦੇ ਦੀ ਪੁੱਛਗਿੱਛ ਤੋਂ ਹੋਏ ਉਹਨਾਂ ਦਾ ਅਸੀਂ ਬਿਆਨ ਲੈਣ ਇੱਥੇ ਹੋਸਪਿਟਲ ਆਏ ਹਾਂ। ਜੋ ਦੱਸ ਰਿਹਾ ਜਗਤੇਸ਼ ਕਿ ਇਹ ਤਿੰਨ ਜਾਣੇ ਸੀ ਇਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਹੀ, ਅੰਮ੍ਰਿਤ, ਮੰਤਰਣ ਅਤੇ ਜਗਤੇਸ਼ ਖੁਦ ਇਹ ਪਾਰਕਿੰਗ ਦੇ ਵਿੱਚ ਹੀ ਗੱਡੀ ਖੜ੍ਹੀ ਕਰਕੇ ਉਸ ਵਿੱਚ ਬੈਠੇ ਹੋਏ ਸੀ, ਅਤੇ ਜਦੋਂ ਉੱਥੋਂ ਉਤਰ ਕੇ ਪੈਲਸ ਵੱਲ ਨੂੰ ਚੱਲੇ ਆ ਤਾਂ ਸੜਕ ਦੀ ਤਰਫ ਤੋਂ ਕਿਸੇ ਵਿਅਕਤੀ ਨੇ ਇਹਨਾਂ ਦੇ ਉੱਤੇ ਇੱਕ ਫਾਇਰ ਕੀਤਾ ਜਿਹੜਾ ਜਗਤੇਸ਼ ਦੇ ਉੱਪਰ ਲੱਗਾ ਹੈ। ਹਮਲਾਵਰ ਨੂੰ ਇਹ ਦੇਖ ਨਹੀਂ ਸਕੇ ਕਿਉਂਕਿ ਇਹਨਾਂ ਦਾ ਧਿਆਨ ਜਿਹੜਾ ਉਹ ਪੈਲਸ ਵੱਲ ਨੂੰ ਜਾ ਰਹੇ ਸੀ। ਅਸੀਂ ਇਹਨਾਂ ਦਾ ਜਗਤੇਸ਼ ਦਾ ਬਿਆਨ ਲੈ ਕੇ ਬਣ ਗਿਆ ਸੈਕਸ਼ਨ ਦਾ ਕੇਸ ਰਜਿਸਟਰ ਕਰ ਰਹੇ ਹਾਂ ਅਤੇ ਹਮਲਾਵਰ ਨੂੰ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕਰਾਂਗੇ। ਨਹੀਂ ਜੀ, ਇਨੀਸ਼ੀਅਲੀ ਵਿਕਟਮ ਦੇ ਵੱਲੋਂ ਹੀ ਇਹਨਾਂ ਨੇ ਵੀ ਦੇਖਿਆ ਨਹੀਂ, ਇਹਨਾਂ ਦਾ ਧਿਆਨ ਜਿਹੜਾ ਪੈਲਸ ਵੱਲ ਸੀ, ਪੈਦਲ ਤੁਰੇ ਜਾ ਰਹੇ ਸੀ ਉੱਧਰ ਨੂੰ। ਹਾਂਜੀ, ਇਹ ਉੱਥੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਵੇਖਣ ਆਏ ਸੀ। ਜੀ ਜੀ, ਇਹ ਗੱਲ ਤਾਂ ਹੁਣ ਤਫਤੀਸ਼ ਦਾ ਵਿਸ਼ਾ ਹੈ ਜੀ, ਇਹਨੂੰ